ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਦੋਸਤਾਂ ਨਾਲ ਕਰਨ ਗਿਆ ਸੀ ਪਾਰਟੀ ਵਾਪਸ ਘਰ ਆਈ ਸਿਰਫ ਲਾਸ਼ ਪਰਿਵਾਰ ਨੇ ਰੋ ਰੋ ਹੋਇਆ ਬੁਰਾ ਹਾਲ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਰਾਤ ਦੇ ਸਮੇਂ ਪਾਰਟੀ ਕਰਨ ਗਏ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਮ੍ਰਿਤਕ ਦਾ ਨਾਮ ਮਨਜਿੰਦਰ ਸਿੰਘ ਉਸਦੇ ਭਰਾ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਨੇ ਕਿਸੇ ਗੋਬਿੰ다 ਨਾਮ ਦੇ ਲੜਕੇ ਨੂੰ ਕੈਮਰਾ ਲੈ ਕੇ ਦਿੱਤਾ ਸੀ ਉਸਦੇ ਭਰਾ ਨੂੰ ਮੁੰਡੇ ਦਾ ਫੋਨ ਆਇਆ ਕੈਮਰੇ ਦੀ ਪਾਰਟੀ ਕਰਨੀ ਆ ਜਾਵੀ ਮਨਜਿੰਦਰ ਸ਼ਾਮੀ 6:00 ਵਜੇ ਪੱਠੇ ਪਵਾ ਕੇ ਘਰੋਂ ਪਾਣੀ ਕੋ 8:00 ਵਜੇ ਚਲਾ ਗਿਆ ਜਿਸ ਤੋਂ ਬਾਅਦ 9:55 ਤਕਰੀਬ ਉਸ ਦਾ ਫੋਨ ਆਇਆ ਤੇ ਉਹ ਵਾਪਸ ਆ ਰਿਹਾ ਦਰਵਾਜ਼ਾ ਖੋਲ ਕੇ ਰੱਖਿਓ ਪਰ ਉਹ ਕਰਨ ਨਹੀਂ ਆਇਆ ਇਸ ਤਸਵੀਰ ਦੇ ਵਿੱਚ ਤੁਸੀਂ ਮਨਜਿੰਦਰ ਦਾ ਭਰਾ ਕੁਲਜਿੰਦਰ ਦੇਖ ਸਕਦੇ ਹੋ ਕੁਲਜਿੰਦਰ ਦੇ ਦੱਸਣ ਮੁਤਾਬਕ ਉਹਨਾਂ ਨੇ 2 ਵਜੇ ਤੱਕ ਆਪਣੇ ਭਰਾ ਦੀ ਪਾਲ ਕੀਤੀ ਪਰ ਉਹ ਨਹੀਂ ਲੱਭਿਆ ਉਹਨਾਂ ਨੂੰ ਰਸਤੇ ਦੇ ਵਿੱਚ ਉਹ ਮੁੰਡਾ ਵੀ ਮਿਲਿਆ ਜਿਸ ਨੇ ਉਹਨਾਂ ਨੂੰ ਕਿਹਾ ਕਿ ਉਹ ਵੀ ਮਨਜਿੰਦਰ ਨੂੰ ਲੱਭ ਰਿਹਾ ਪਰ ਮ੍ਰਿਤਕ ਦੇ ਭਰਾ ਕੁਲਜਿੰਦਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਗੋਬਿੰਦਾ ਨਾਮ ਦੇ ਲੜਕੇ ਉੱਤੇ ਸ਼ੱਕ ਹੈ ਉਸ ਨੇ ਹੀ ਮਨਜਿੰਦਰ ਦੀ ਜਾਨ ਲਈਆ ਗੋਬਿੰਦਾ ਵੀ ਉਸ ਦੇ ਭਰਾ ਨਾਲ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਉਸ ਨੇ ਭਰਾ ਨੇ ਆਪਣੇ ਖਾਤੇ ਦੇ ਵਿੱਚੋਂ ਗੋਬਿੰਦਾ ਨੂੰ 1.5 ਲੱਖ ਦਾ ਕੈਮਰਾ ਲੈ ਕੇ ਦਿੱਤਾ ਸੀ ਇਹ ਤੁਸੀਂ ਉਸ ਦੀ ਮਾਂ ਨੂੰ ਦੇਖ ਸਕਦੇ ਹੋ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਗੋਬਿੰਦਾ ਨੇ ਪੈਸਿਆਂ ਦੇ ਲਈ ਉਸਦੇ ਭਰਾ ਦੀ ਜਾਨ ਲਈ ਆ ਇੱਕ ਹੋਰ ਪਰਿਵਾਰਕ ਮੈਂਬਰ ਲਖਮਿੰਦਰ ਕੌਰ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਜਾਂਦਾ ਹੋਇਆ ਉਸ ਨੂੰ ਕਹਿ ਕੇ ਗਿਆ ਸੀ ਕਿ ਰੋਟੀ ਬਣਾ ਕੇ ਰੱਖਿਓ ਹੈ ਗੋਬਿੰਦੇ ਕੋਲ ਚੱਲਿਆ ਪਰ ਉਹ ਮੁੜ ਕੇ ਵਾਪਸ ਨਹੀਂ ਆਇਆ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਮੰਦਪਾਗੀ ਕਢਣਾ ਕਰਕੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਉਹਨਾਂ ਜਦੋਂ ਉਹਨਾਂ ਨੂੰ ਇਹ ਸਬੰਧੀ ਸੂਚਨਾ ਮਿਲੀ ਤਾਂ ਉਹ ਸਵੇਰੇ 6 ਵਜੇ ਮਨਜਿੰਦਰ ਸਿੰਘ ਦੇ ਘਰ ਪਹੁੰਚੇ ਉਹਨਾਂ ਦਾ ਕਹਿਣਾ ਕਿ ਮ੍ਰਿਤਕ ਦੇ ਦੀ ਹਾਲਤ ਬਹੁਤ ਬੁਰੀ ਸੀ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾ ਸਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਨਜਿੰਦਰ 8 ਵਜੇ ਦੋਸਤਾਂ ਨਾਲ ਘਰੋਂ ਗਿਆ ਸੀ 10 ਵਜੇ ਤੋਂ ਬਾਅਦ ਉਸਦੇ ਘਰ ਦੇ ਫੋਨ ਕਰ ਰਹੇ ਪਰ ਉਹ ਫੋਨ ਨਹੀਂ ਚੱਕ ਰਿਹਾ ਤੇ ਸਵੇਰੇ 7 ਵਜੇ ਜਾਣਕਾਰੀ ਮਿਲਣ ਤੇ ਘੜਨਾ ਸਥਾਨ ਤੇ ਪਹੁੰਚੇ ਮ੍ਰਿਤਕ ਦੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉਹਨਾਂ ਦਾ ਕਹਿਣਾ ਕਿ ਮ੍ਰਿਤਕ ਦੇ ਤੇ ਸੱਟਾ ਦਾ ਕੋਈ ਵੀ ਨਿਸ਼ਾਨ ਨਹੀਂ ਪਰ ਸ਼ੱਕ ਦੇ ਆਧਾਰ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਜੋ ਕੁਝ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਧਿਕਾਰੀ ਨੇ ਵੀ ਦੱਸਿਆ ਕਿ ਪੁੱਛਗਛ ਲਈ ਦੋ ਮੁੰਡਿਆਂ ਨੂੰ ਬੁਲਾਇਆ ਸੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਹੋਰ ਵੀਡੀਓ ਦੀ ਵੇਟ ਕਰੋ ਕਿਉਂਕਿ ਦੋਸਤੋ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਪੂਰੀ ਆ ਸਕਦੀ ਆ ਧੰਨਵਾਦ